ਅੰਦਕੋਟ ਕਸ਼ਮੀਰ ਪੁਲਿਸ ਦੇ ਸੈਚ ਜ਼ਿਆਦਾ ਮਨਾਰੀ ਪੁਲਿਸ ਟੀਮ ਸਾਂ ਖੁਫੀਆ ਅਦਲਾ ਮਿਲਣ ਦੌਰਾਨ ਖੋਸਾ ਮੋਬਾਈਲ ਮਾਰਕੀਟ ਮੇਂ ਕਾਰਵਾਈ ਦੌਰਾਨ ਚੋਰੀ ਫੁਰਤੇਲ ਮੋਬਾਈਲ ਫੋਨ ਜੀ ਆਈ ਡੀ ਐਮ ਈ ਏ ਨੰਬਰ ਚੇਂਜ ਕਰਨ ਵਾਰੀ ਇੱਕ ਗੈਂਗ ਜੇ ਬਿਨ ਕਾਰਨ ਗ੍ਰਿਫ਼ਤਾਰ ਕਰੇ ਵਰਤੋ ਆਏ ਜੰਹਿੰਦੇ ਕਬਜ਼ੇ ਮਾਂ ਹਜ਼ਾਰੇ ਰੁਪਿਆ ਰੋਕ ਮੋਬਾਈਲ ਫੋਨ ਇੱਕ ਕੀਬੋਰਡ ਐਂ ਬਾ ਹਾਰਡਵੇਅਰ ਬਾ ਸੀ ਪੀ ਓ ਇੱਕ ਯੂ ਪੀ ਐਸ ਕੇਬਲ ਐਂ ਬਿਓ ਸਾਮਾਨ ਹੱਥ ਕਯੋ ਆਏ ਐਂ ਜਵਾਬਦਾਰ ਅਬਦੁਲ ਖਾਲਿਦ ਫਹੀਮ ਅਹਿਮਦ ਅਵਾਨ ਖੇ ਗ੍ਰਿਫ਼ਤਾਰ ਕਰੇ ਵਰਤੋ ਆਏ ਜੰਹਿੰਜੋ ਤਾਲਕ ਬੇਨਾਲ ਕਮਾਈ ਹੈਂਗਰ ਸਾਂ ਸੰਦਸ ਤਾਲਕ ਬੁਧਾਏ ਪਿਓ ਵਣੇ ਜਵਾਬਦਾਰ ਹੈਂਗਰਸ ਪਾਰਾਂ ਬੁਬੀ ਕੇਸ ਜੇ ਜ਼ਰੀਏ ਪੈਸਾ ਪਹੁੰਚਾਇਆ ਵੇਂਦਾ ਹੁਆ ਜਿਹੜੇ ਤੇ ਗ੍ਰਿਫ਼ਤਾਰ ਜਵਾਬਦਾਰ ਏਤਰਾ ਪਿਓ ਆਏ ਤਾਂ ਹੈਂਗਰਸ ਜੋ ਤਾਲੁਕ ਸਿੰਧ ਐਂ ਬਲੋਸਤਾਨ ਜੇ ਮੁਖ਼ਤਲਿਫ਼ ਜੇ ਇਲਾਕਨਿ ਸਾਂ ਵਾਸਤੋ ਰੱਖਣਦਾ ਜੇਕੇ ਜਲਦ ਗ੍ਰਿਫ਼ਤਾਰ ਕਯੋ ਵੇਂਦੋ ਨਜ਼ੀਰ ਬੇਰਾਣੀ ਸੋਚ ਟੀ ਵੀ ਕੰਦਕੋਟ ਬਿਸਮਿਲ੍ਲਾਹਿ ਰਹਿਮਾਨ ਰਹੀਮ ਜੈਸਾ ਕਿ ਕੁਛ ਦਿਨੋਂ ਸੇ ਹਮੇਂ ਯੇ ਇਤਲਾਤ ਮਿਲ ਰਹੀ ਥੀ ਕਿ ਕਸ਼ਮੀਰ ਕੇ ਅੰਦਰ ਕੁਛ ਹੈਕਰਸ ਐਸੇ ਬੈਠੇ ਹੋਏ ਥੇ ਮੋਬਾਈਲ ਮਾਰਕੀਟ ਮੇਂ ਜੋ ਕਿ ਚੋਰੀ ਕੇ ਔਰ ਲੁਟਿੰਗ ਕੇ ਮੋਬਾਈਲ ਸੇਟ ਲੇਤੇ ਫਰੋਖ ਕਰਤੇ ਤੋ ਹਮਨੇ ਵੀ ਸੁਨਾ ਥਾ ਲੇਕਿਨ ਯੇ ਐਸਾ ਗਰੁੱਪ ਥਾ ਕਿ ਜੋ ਬੈਨ ਅਲਾਕਵਾਮੀ ਹੈਕਰਸ ਕੇ ਸਾਥ ਇਨਕੇ ਰਵਾਬਿਤ ਥੇ ਜੋ ਕਰਾਚੀ ਹੈਦਰਾਬਾਦ ਔਰ ਬੜੇ ਬੜੇ ਸ਼ਹਿਰੋਂ ਸੇ ਕਾਸਟਲੀ ਸੇਟ ਉਨਕੀ ਯੇ ਆਈ ਮੀਜ ਚੇਂਜ ਕਰਤੇ ਥੇ ਉਨਕਾ ਪੂਰਾ ਡੇਟਾ ਯੇ ਉਡਾਤੇ ਥੇ ਔਰ ਇਨਕਾ ਜੋ ਮੇਨ ਜੋ ਹੈਕਰ ਹੈ ਉਹ ਹਮਨੇ ਇਸਕੋ ਟਰੇਸ ਕਰ ਲਿਆ ਹੈ ਔਰ ਸਾਰਾ ਕੁਛ ਸਿਸਟਮ ਵੀ ਹਮਾਰੇ ਪਾਸ ਆ ਗਿਆ ਵੋ ਬੈਠਾ ਹੈ ਵੀਟਨਾਮ ਮੇਂ ਯੇ ਉਨ ਲੋਗੋ ਸੇ ਮਿਲ ਕੇ ਉਨਸੇ ਕੋਈ ਡਿਵਾਈਸ ਲੇਤੇ ਥੇ ਯਾ ਔਰ ਕੋਈ ਸਿਸਟਮ ਲਗਾ ਕੇ ਯਹਾਂ ਸੇ ਮੋਬਾਈਲੋਂ ਕੀ ਆਈ ਮੀਜ ਚੇਂਜ ਕਰਦੇ ਥੇ ਜਿਨਕੇ ਜੋ ਬੜੇ ਸੇਟੋਂ ਸੇ 10 ਸੇ 15 ਹਜ਼ਾਰ ਜੋ ਡਾਲਰੋਂ ਕੀ ਸੂਰਤ ਮੇਂ ਯੇ ਭੇਜਦੇ ਥੇ ਉਨਕੇ ਪਾਸ ਔਰ ਜੋ ਨਿਚਲੀ ਸਤਹ ਵਾਲੇ ਸ਼ੇਡ ਥੇ ਉਨਸੇ 5 ਸੇ 6 ਹਜ਼ਾਰ ਤੱਕ ਯੇ ਲੇਤੇ ਥੇ ਔਰ ਇਨਕੇ ਸਾਥ ਔਰ ਉਸਕਾ ਨਾਮ ਹਮ ਨਹੀਂ ਲੈ ਰਹਾ ਕਿਉਂਕਿ ਅਭੀ ਉਨਕੋ ਪਕੜਨਾ ਹੈ ਔਰ ਇੱਕ ਜੈਕਬਾਦ ਕਾ ਬੰਦਾ ਹੈ ਇੱਕ ਪੰਜਾਬ ਸਾਦਕਾਬਾਦ ਕਾ ਹੈ ਔਰ ਇੱਕ ਕੰਦਕੋਟ ਕਾ ਅਭੀ ਵੀ ਹਮਨੇ ਇਨਕੇ ਹਿਸਾਬ ਸੇ 10 ਮੋਬਾਈਲੇ ਐਸੀ ਲੀ ਹੈ ਜਿਨਕੇ ਕੋਈ ਵਾਰੰਟੀ ਕਾਰਡ ਵੀ ਨਹੀਂ ਹੈ ਔਰ ਨਾ ਉਨਕੇ ਕੋਈ ਡੱਬੇ ਹੈ ਨਾ ਉਨਕਾ ਕੋਈ ਰਿਕਾਰਡ ਹੈ ਤੋ ਯੇ ਸਾਰੇ ਚੋਰੀ ਕੇ ਮੋਬਾਈਲ ਲੈ ਕੇ ਉਨਕੀ ਆਮੀਜ ਜੋ ਹੈ ਵੋ ਖਤਮ ਕਰਕੇ ਦੂਸਰੀ ਆਮੀਜ ਡਾਲ ਕੇ ਯੇ ਫਿਰ ਮਾਰਕੀਟ ਮੇਂ ਬੇਚਦੇ ਥੇ ਕੁਛ ਆਕੇ ਉਨਕਾ ਪੂਰਾ ਰਿਕਾਰਡ ਖਤਮ ਹੋ ਜਾਏ ਔਰ ਵਹਾਂ ਸੇ ਇਨਕੀ ਐਲ ਸੀ ਡੀ ਵੀ ਮਿਲੇ ਹੈ ਯੂ ਪੀ ਐਸ ਵੀ ਮਿਲੇ ਹੈ ਇੱਕ ਦੋ ਕੀਬੋਰਡ ਵੀ ਮਿਲੇ ਹੈ ਔਰ 75 ਹਜ਼ਾਰ ਰੁਪਏ ਨੈਟ ਕੈਸ਼ ਵੀ ਮਿਲੇ ਹੈ ਔਰ ਹਮਨੇ ਇਨਕੇ ਉੱਪਰ ਅਭੀ ਐਫ ਆਈ ਆਰ ਵੀ ਲਾਰਜ ਕੀ ਹੈ ਕ੍ਰਾਈਮ ਨੰਬਰ 96-2019 ਹਾਂ ਔਰ ਦੋਨੋ ਜਵਾਬਦਾਰ ਖਾਲਿਕ ਅਜ਼ੀਜ਼ ਯੇ ਕੌਮ ਕਾ ਥਹੀਮ ਹੈ ਔਰ ਇੱਕ ਹੈ ਇਸ਼ਫਾਕ ਅਹਿਮਦ ਜੋ ਕੌਮ ਕਾ ਆਵਾਨ ਹੈ ਅਬ ਇਹਨਾਂ ਨੂੰ ਗ੍ਰਿਫ਼ਤਾਰ ਵੀ ਕੀਆ ਹੈ ਔਰ ਇਸਕੋ ਉੱਪਰ ਹਮਨੇ ਐਫ ਆਈ ਆਰ ਵੀ ਲਾਰਜ ਕੀ ਅੱਛਾ ਸਰ ਯੇ ਬਤਾਏ ਕਿ ਇਨਕਾ ਜੋ ਤਾਲੁਕ ਹੈ ਯਹਾਂ ਪਰ ਜੈਸੇ ਬਦਨਾਮੇ ਜ਼ਮਾਨਾ ਜੋ ਡਾਕੂ ਹੈ ਕਿਆ ਉਨਸੇ ਵੀ ਇਨਕਾ ਕੋਈ ਤਾਲੁਕ ਵਗੈਰਾ ਹੈ ਜੀ ਡਾਕੂਓਂ ਸੇ ਤੋ ਮੈਂ ਨਹੀਂ ਕਹਿ ਸਕਦਾ ਕਿ ਫਿਲਹਾਲ ਹਮ ਇੰਟਰੋਵਿਸ਼ਨ ਕਰ ਰਹੇ ਹੈ ਆਜ ਇਸਕੀ ਹਮਨੇ ਗ੍ਰਿਫ਼ਤਾਰੀ ਕੀ ਹੈ ਇਨਕੇ ਰਿਮਾਂਡ ਲੇਗਾ ਫਰਦਰ ਕਿਆ ਕਰੇਂਗੇ ਲੇਕਿਨ ਯੇ ਬਿਲਕੁਲ ਕਲੀਅਰ ਕੱਟ ਹੈ ਕਿਉਂਕਿ ਜੋ ਅਬਦੁਲ ਖਾਲਿਕ ਹੈ ਉਸਕੀ ਮੋਬਾਈਲ ਜੋ ਪੜੀ ਹੋਈ ਹੈ ਤੋ ਉਸਕੇ ਅੰਦਰ ਆਪ ਦੇਖੇਂਗੇ ਤੇ ਉਸਮੇ 2-3-4 ਵਟਸਐਪ ਔਰ ਮੈਸੇਂਜਰ ਮੇਂ ਉਹ ਕਲੀਅਰ ਕੱਟ ਜੋ ਵੀਟਨਾਮ ਮੇਂ ਬੰਦਾ ਬੈਠਾ ਹੈ ਉਨਕੇ ਸਾਥ ਪੂਰੀ ਉਸਕੀ ਵੋ ਐਸ ਐਮ ਐਸ ਪੇ ਬਾਤਚੀਤ ਹੋ ਰਹੀ ਹੈ ਕਿ ਇਤਨੇ ਡਾਲਰ ਮੇਂ ਦੂੰਗਾ ਕਿਸਮੇ 60 ਡਾਲਰ ਕਿਸੇ ਮੇਂ 90 ਡਾਲਰ ਕਿਸੇ ਮੇਂ 40 ਡਾਲਰ ਔਰ ਮੁਖਤਲਿਫ ਤਰੀਕੇ ਸੇ ਉਸਕੋ ਬਤਾ ਰਿਹਾ ਕਿ ਮੈਂ ਯੇ ਸੈਟ ਮੇਰੇ ਪਾਸ ਹੈ ਇਤਨਾ ਕਿਤਨਾ ਲੋਗ ਇਸਕੇ ਆਈਮ ਚੇਂਜ ਕਰੋਗੇ ਵੋ ਬੋਲ ਰਿਹਾ ਕਿ ਮੈਂ ਇਤਨਾ ਦੂੰਗਾ ਵੋ ਸਾਰਾ ਕੁਛ ਇੰਗਲਿਸ਼ ਮੇਂ ਉਸਕੀ ਪੂਰੀ ਲੈਂਗੁਏਜ ਲਿਖੀ ਹੋਈ ਹੈ ਤੋ ਅਭੀ ਤੋ ਯੇ ਹੈ ਕਿ ਹਮਨੇ ਇਸਕੋ ਪਕੜਾ ਹੈ ਆਈਮੀਸ ਚੇਂਜ ਕਰਨੇ ਮੇਂ ਔਰ ਚੋਰੀ ਕੀ ਮੋਬਾਈਲ ਲੈਣੇ ਮੇਂ ਅਦਰਵਾਈਜ਼ ਔਰ ਵੀ ਆਗੇ ਹਮ ਇਨਵੈਸਟੀਗੇਸ਼ਨ ਕਰੇਂਗੇ ਕਿ ਇਨਕੇ ਔਰ ਕੌਣ ਕੌਣ ਸੇ ਰਾਬਤ ਹੈ ਆਇਆ ਡਾਕੂ ਸੇ ਜਾਂ ਦਹਿਸ਼ਤ ਗਰਦੋਂ ਸੇ ਵੋ ਫਰਦਰ ਇਨਸ਼ਾਅੱਲਾ ਤਾਲਾ ਆਪਕੇ ਔਰ ਵੀ ਹਮ ਸ਼ੇਅਰਿੰਗ ਕਰੇਂਗੇ ਸਰ ਆਪ ਕੀ ਸਮਝਤੇ ਹੈ ਯਹਾਂ ਕਸ਼ਮੀਰ ਮੇਂ ਇੱਕ ਹੀ ਗਰੁੱਪ ਜੋ ਹੈ ਸਰਗਰਮ ਹੈ ਜਾਂ ਕੋਈ ਔਰ ਵੀ ਜੋ ਹੈ ਇਹਨਾਂ ਨੇ ਇਨਸ਼ਾਅ ਕੀਆ ਹੈ ਜੀ ਅਭੀ ਤੋ ਯੇ ਦੋ ਪਕੜੇ ਗਏ ਹੈ ਜੋ ਆਪਕੇ ਸਾਹਮਣੇ ਹਮਨੇ ਖੜੇ ਕੀ ਹੋਏ ਹੈ ਲੇਕਿਨ ਇਨਕੀ ਇੰਟਰੋਗੇਸ਼ਨ ਕੇ ਮੁਤਾਬਿਕ ਕਿ ਹਮਾਰਾ ਇੱਕ ਮਾਸਟਰ ਮਾਈਂਡ ਵੀ ਹੈ ਵੋ ਪਾਕਿਸਤਾਨ ਮੇਂ ਜੋ ਬੈਠਾ ਹੁਆ ਹੈ ਰਤੋ ਦੇਰੇ ਮੇਂ ਔਰ ਜਕਬਾਦ ਮੇਂ ਵੀ ਬਤਾ ਰਹੇ ਹੈ ਇੱਕ ਸਦਕਾਬਾਦ ਕੇ ਬਤਾ ਰਹੇ ਹੈ ਫਰਦਰ ਅਭੀ ਇਨਸੇ ਹਮ ਇੰਟਰੋਗੇਸ਼ਨ ਕਰੇਂਗੇ ਅਗਰ ਔਰ ਵੀ ਕਸ਼ਮੀਰ ਮਿਲੇ ਉਨਕੇ ਖਿਲਾਫ ਵੀ ਹਮ ਕਾਨੂੰਨੀ ਕਾਰਵਾਈ ਕਰੇਂਗੇ ਥੈਂਕ ਯੂ ਸਰ